अगर साढ़े इत्थे कोई जिमीदार खेतों च काम करना आता ना जी, वह पीने लई पानी की बोतल लैके आता पिंडों बाजारों। जिहड़े डंगर पानी पींदे उन्हां नूं वी नुकसान कर रहे। डंगर साढ़े मर रहे, फसलां तां मर रहीआं, डंगर भी मर रहे, बाकी लोग बीमार हो रहे, साढ़े बच्चे बीमार हो रहे, साढ़े घर साढ़े नाल उत्थे फैक्ट्री दे पिछले पासे उस मेरी वाइफ नूं खुद एलर्जी दी प्रॉब्लम है, उस माड़ी जी ओह मास्क लाए तो बगैर बाहर निकले नहीं सकदी, इन्ना बुरा हाल है जी। ये कैमिकल देखो, आ पानी दा रंग है। मैं खड़ा हाँ रैल माजरे दे विच और अज दा ब्लॉग बड़ा डिफरेंट है। एक सोशल कॉज असी लैण दी कोशिश कीती है, ये साडा फर्ज भी है, क्योंकि इत्थे साडे नाल देखो कुछ किसान वीर खड़े ने और ये सिर्फ रैल माजरे की समस्या नहीं, पंजाब की बड़ी वड्डी समस्या है। पानी दा स्तर तां हेठां गिर रहा है, लेकिन एक होर वड्डी समस्या है कि पानी पोल्यूटेड हुंदा जा रहा है। जिस थां ते मैं खड़ा बिल्कुल मेरे सामने इधर कुछ फैक्ट्रीज़ ने और जिन्हां च सेंट्रियां टिक फैक्ट्री है, मैक्स है फैक्ट्री और इस तों अलावा सन फार्मा, वड्डियां वड्डियां कंपनियां ने, पर अपनी समाजिक जिम्मेवारी तो बिल्कुल दूर ने, समाजिक जिम्मेवारी नहीं निभा रही। इन्हां विचारे किसानां दी जमीन जिहड़ी है वह बिल्कुल खराब कर दित्ती है, पानी खराब कर दित्ता है, फसल प्रॉपर नहीं हुंदी। इत्थे गलबात करदे हां कि हालात ने इत्थे दे, ਵਲੌਗ ਦੇਖਣਾ ਅਖੀਰ ਤੱਕ, ਸ਼ੇਅਰ ਵੀ ਜ਼ਰੂਰ ਕਰਨਾ ਔਰ ਆਪਣੇ ਆਪਣੇ ਇਲਾਕੇ 'ਚ ਜਿੱਥੇ ਜਿੱਥੇ ਤੁਸੀਂ ਹੋ, ਤੁਹਾਨੂੰ ਵੀ ਕੋਈ ਐਸੀ ਜਗ੍ਹਾ ਮਿਲੇ ਜਿੱਥੇ ਪਾਣੀ ਪੋਲਿਊਟ ਹੋ ਰਿਹਾ ਫੈਕਟਰੀਆਂ ਦੇ ਰਾਹੀਂ, ਤਾਂ ਇਸ ਵਲੌਗ ਦੇ ਵਿੱਚ ਹੇਠਾਂ ਕਮੈਂਟ ਕਰਕੇ ਦੱਸਣਾ। ਕੋਸ਼ਿਸ਼ ਕਰਾਂਗੇ ਤੁਹਾਡੀ ਇਸ ਸਮੱਸਿਆ ਨੂੰ ਵੀ ਚੱਕਾਂਗੇ ਆਪਣੀ ਵਲੌਗਿੰਗ ਦੇ ਜ਼ਰੀਏ। ਆਓ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਸਮੱਸਿਆ ਜੀ, ਕੀ ਨਾਮ, ਕੀ ਤੁਹਾਡਾ? ਅਸ਼ੋਕ ਕੁਮਾਰ ਜੀ। ਅਸ਼ੋਕ ਕੁਮਾਰ ਜੀ, ਕੀ ਸਮੱਸਿਆ ਇੱਥੇ? ਹੀ ਪ੍ਰੋਬਲਮ ਕੀ ਹੈ ਤੁਹਾਡੇ ਸਾਹਮਣੇ ਹੀ ਹੈ, ਆਹ ਦੇਖ ਲਓ ਤੁਸੀਂ ਹੁਣ ਹਾਲ ਆ, ਧਰਤੀ ਦਾ ਪਾਣੀ ਪੂਰਾ ਖਰਾਬ ਹੋਇਆ ਵਾ। ਇਹ ਪਾਣੀ ਨਾਲ ਸਾਡੀਆਂ ਫਸਲਾਂ, ਕਈ ਸਾਲ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ, ਮਤਲਬ 2-3 ਸਾਲ ਤੋਂ ਹੁਣ ਜ਼ਿਆਦਾ ਕੰਮ ਵੱਧ ਗਿਆ ਵਾ। 2-3 ਸਾਲ ਤੋਂ ਜ਼ਿਆਦਾ ਵੱਧ ਗਿਆ ਵਾ ਜੀ। ਸਮੱਸਿਆ ਕੀ ਹੈ, ਕੀ ਖੁੱਲ੍ਹ ਕੇ ਦੱਸੋ ਤੁਸੀਂ ਬਸ। ਪਾਣੀ ਸਰ ਪੀਣਾ ਤਾਂ ਇੱਕ ਪਾਸੇ, ਦੂਰ ਤੋਂ ਹੀ ਸਮੈਲ ਮਾਰਦਾ ਹੈ, ਇੰਨਾ ਗੰਦਾ ਪਾਣੀ ਹੈ। ਤੁਸੀਂ ਬਾਕੀ ਇੱਥੇ ਪਾਣੀ ਖੜ੍ਹਾ ਤੁਹਾਨੂੰ ਦਿਖਾਵਾਂਗੇ, ਦੇਖ ਲਓ ਤੁਸੀਂ ਆਪ। ਨਹੀਂ ਸੀ ਤੁਹਾਡਾ, ਤੁਸੀਂ ਪਾਣੀ ਦੇ ਸੈਂਪਲਿੰਗ ਵੀ ਕਰਵਾਈ ਹੈ ਪਿੱਛੇ ਕਿਤੇ? ਸਰ ਸੈਂਪਲਿੰਗ ਦੇਖੋ, ਇਹ ਹੈਗੀ ਆ ਫਾਰਮਾਂ, ਬੜੀਆਂ ਫਾਰਮਾਂ ਹੈ, ਕਈ ਵਾਰੀ ਹੋਲੇ ਸੈਂਪਲ ਉੱਥੇ ਚੇਂਜ ਕਰ ਦਿੰਦੇ। ਅੱਛਾ, ਸੈਂਪਲ ਸੈਂਪਲ? ਹਾਂਜੀ ਹਾਂਜੀ ਹਾਂਜੀ, ਠੀਕ ਹੈ ਠੀਕ ਹੈ। ਅਤੇ ਹੋਰ ਕਿਸੇ ਨਾਲ ਵੀ ਗੱਲ ਕਰਦੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿੰਦੇ ਜੀ, ਕੀ ਸਮੱਸਿਆ ਜੀ ਇੱਥੇ ਦੀ? ਸਮੱਸਿਆ ਸਭ ਤੋਂ ਵੱਡੀ ਤਾਂ ਸਰ ਇਹੀ ਹੈ ਵੀ ਸਾਡਾ ਜਿਹੜਾ ਫੈਕਟਰੀਆਂ ਨੇ ਸੱਤਿਆਨਾਸ਼ ਹੀ ਕਰਤਾ ਜੀ, ਜ਼ਮੀਨ ਦਾ ਬੁਰਾ ਹੀ ਹਾਲ ਕਰਤਾ ਜੀ। ਓਹੋ, ਅਤੇ ਹੁਣ ਤਾਂ ਸਾਨੂੰ ਇੱਦਾਂ ਡਰ ਲੱਗਦਾ ਵੀ ਸਾਨੂੰ ਇਹ ਕੁਝ ਛੱਡ ਕੇ ਹੀ ਪਾਸਾ ਹੀ ਵੱਟਣਾ ਪੈਣਾ, ਖਬਰੇ ਸੁਣਵਾਈ ਕੋਈ ਨਹੀਂ ਹੈਗੀ ਜੀ। ਜਿੱਥੇ ਮਰਜ਼ੀ ਜਾਂਦੇ ਹਾਂ, ਆ ਜਾਂਗੇ ਜੀ, ਕਰ ਲਾਂਗੇ ਜੀ, ਬਸ ਹੋ ਜਾਂਦਾ। ਕਈ ਵਾਰ ਉਹ ਪ੍ਰਦੂਸ਼ਣ ਵਾਲੀਆਂ ਮਸ਼ੀਨਾਂ ਜੀ ਵੀ ਆਈਆਂ, ਪਤਾ ਨਹੀਂ ਕਿਹੜੀ ਕੰਪਨੀ ਸੀ, 4 ਸਾਲ ਪਹਿਲਾਂ ਲਾ ਕੇ ਗਏ ਸੀਗੇ ਜੀ ਉਹ, ਸਾਡੀਆਂ ਮੋਟਰਾਂ ਦੇ ਉੱਤੇ ਲਾ ਕੇ ਗਈਆਂ ਸੀਗੀਆਂ ਜੀ। ਉਹ ਕਹਿੰਦੇ ਸੀ ਵੀ ਤੁਹਾਡਾ ਹੱਲ ਕੋਈ ਨਾ ਕੋਈ ਹੁਣ ਪੱਕਾ ਕਰਾਂਗੇ, ਪਰ ਉਹਨਾਂ ਨੇ ਵੀ ਕੋਈ ਹੱਲ ਨਹੀਂ ਹੋਇਆ ਜੀ। ਉਹ ਵੀ ਆਪਣਾ 2-4 ਦਿਨ ਉਹਨਾਂ ਨੇ ਆਪਣੀ ਫਾਰਮੈਲਿਟੀ ਜੀ ਪੂਰੀ ਕੀਤੀ ਜੀ, ਆਪਣਾ ਉਹ ਸਮਾਨ ਚੱਕਿਆ ਰਾਤ ਨੂੰ, ਤਿੱਤਰ ਜੀ ਸਾਨੂੰ ਕੋਈ ਨਹੀਂ ਪਤਾ ਲੱਗਿਆ ਵੀ ਉਹ ਕਿੱਧਰ ਗਏ ਅੱਜ ਤੱਕ ਕੀ ਬਣਿਆ ਜੀ। ਤੁਹਾਨੂੰ ਕੋਈ ਉਸਦਾ ਪਤਾ ਨਹੀਂ ਮਿਲਿਆ? ਕੋਈ ਕੁਛ ਨਹੀਂ ਨਾ ਜੀ, ਕੁਛ ਨਹੀਂ ਉਹਨਾਂ ਨੇ ਦੱਸਿਆ, ਜਦ ਕਿ ਸਾਡੇ ਮਕਾਨ ਦੇ ਉੱਤੇ ਖੁਦ ਲਾ ਕੇ ਗਏ ਜੀ, ਮੇਰਾ ਸਾਹਮਣੇ ਘਰ ਆ ਜੀ। ਤੁਹਾਡੀ ਕਿੰਨੀ ਜ਼ਮੀਨ ਹੈ ਇੱਥੇ? ਮੇਰੇ ਫਾਦਰ ਸਾਹਿਬ ਦੀ 20 ਕਿੱਲੇ ਜ਼ਮੀਨ ਹੈ ਜੀ। 20 ਕਿੱਲੇ ਜ਼ਮੀਨ ਹੈ ਤੇ 20 ਦੇ ਝੋਨਾ ਬੀਜਿਆ ਜੀ, 20 ਦੇ 20 ਦੇ ਕਿੱਲਿਆਂ ਦੇ ਵਿੱਚ ਇਹ ਪਾਣੀ ਹੈ ਜੀ। ਬਕਾਇਦਾ ਸਾਡਾ ਘਰ ਵੀ ਇੱਥੇ ਹੀ ਹੈ ਜੀ, ਵਿੱਚ ਹੀ ਘਰ ਹੈ। ਹਾਂ ਜੀ, ਡੈਰੀ ਫਾਰਮ ਦਾ ਕੰਮ ਹੈ ਮੇਰਾ ਜੀ, ਉਹ ਵੀ ਵਿੱਚ ਹੀ ਹੈ ਜੀ, ਤੇ ਹਾਲਾਤ ਬਹੁਤ ਮਾੜੇ ਨੇ ਜੀ। ਬਿਮਾਰੀਆਂ ਵੀ ਫੈਲ ਰਹੀਆਂ ਨੇ? ਬਿਮਾਰੀਆਂ ਸਾਡੇ ਵੱਧ, ਕੈਂਸਰ ਦੇ ਮਰੀਜ਼ ਨੇ ਸਾਡੇ 2-3 ਪਿੰਡਾਂ 'ਚ, ਟੌਂਸਾ ਹੋਇਆ, ਰੈਲ ਮਾਜਰਾ ਹੋਇਆ। ਆਹ ਸੁਣੋ ਜੀ ਗੱਲ, ਕਿ ਇਸ ਏਰੀਏ ਦੇ ਵਿੱਚ ਸਭ ਤੋਂ ਵੱਧ ਕੈਂਸਰ ਦੇ ਮਰੀਜ਼ ਹੈ। ਸਰਕਾਰ ਨੇ ਤੁਹਾਨੂੰ ਪਤਾ ਪਿੱਛੇ ਮੋਦੀ ਸਾਹਿਬ ਆ ਕੇ ਉਦਘਾਟਨ ਕਰਕੇ ਗਏ ਕਿ ਬਹੁਤ ਵੱਡਾ ਕੈਂਸਰ ਦਾ ਹੋਸਪਿਟਲ ਖੋਲ੍ਹਿਆ, ਪਰ ਕੈਂਸਰ ਦੇ ਹੋਸਪਿਟਲ ਖੋਲ੍ਹਣਾ ਹੀ ਕਾਫੀ ਨਹੀਂ ਹੈ। ਬਹੁਤ ਜ਼ਰੂਰੀ ਹੈ ਕਿ ਕੈਂਸਰ ਦੀ ਰੋਕਥਾਮ ਹੋਵੇ। ਇਹ ਜ਼ਮੀਨਾਂ ਦੇ ਮਾਲਕ ਦੇਖੋ, ਇੰਨੀਆਂ ਜ਼ਮੀਨਾਂ ਹੈ, ਇੰਨੀਆਂ ਕੀਮਤੀ ਜ਼ਮੀਨਾਂ ਹੈ, ਔਰ ਜ਼ਮੀਨਾਂ ਦੇ ਵਿੱਚ ਕੈਂਸਰ ਉਗਲ ਰਿਹਾ, ਕਿਉਂਕਿ ਫੈਕਟਰੀਆਂ ਜਿਹੜੀਆਂ ਵੱਡੀਆਂ ਵੱਡੀਆਂ ਨੇ, ਜਿਵੇਂ ਇਹਨਾਂ ਨੇ ਕਿਹਾ ਵੱਡੀਆਂ ਵੱਡੀਆਂ ਫਰਮਾਂ ਨੇ, ਸਾਡੀ ਕੋਈ ਸੁਣਵਾਈ ਨਹੀਂ, ਉੱਪਰ ਤੱਕ ਉਹਨਾਂ ਦੀ ਪਹੁੰਚ ਹੈ, ਔਰ ਕਿਸੇ ਨਾ ਕਿਸੇ ਤਰੀਕੇ ਜਿਹੜਾ ਸੈਂਪਲ ਪਾਸ ਕਰਾ ਲਿਆ ਜਾਂਦਾ, ਪਰ ਹਕੀਕਤ ਜ਼ਮੀਨੀ ਇਹ ਹੈ ਕਿ ਇਸ ਜ਼ਮੀਨ ਦੇ ਵਿੱਚ ਝੋਨਾ ਪ੍ਰੋਪਰ ਨਹੀਂ ਹੋਇਆ। ਆਹ ਦੇਖੋ ਕੀ ਹੈ ਜੀ, ਝੋਨੇ ਬਾਰੇ ਕੀ ਕਹਿੰਦੇ ਜੀ ਤੁਸੀਂ? ਇਹ ਜੀ ਬਸ ਇਹ 'ਚ ਜਿੱਦਾਂ ਵੀ
ਨਸਾਰੇ ਤੇ ਆਣਾ ਸੀਗਾ ਜੀ, ਜਦ ਇਹਨੂੰ ਪਾਣੀ ਲਾਇਆ ਗਿਆ, ਜਦ ਬਾਰਿਸ਼ ਨਹੀਂ ਹੋਈ ਜੀ ਪਿੱਛੇ ਸੌਣ ਮਹੀਨੇ ਦੇ ਵਿੱਚ ਬਾਰਿਸ਼ ਨਹੀਂ ਹੋਈ, ਅਸੀਂ ਇਹਨੂੰ ਪਾਣੀ ਲਾਇਆ ਸੀਗਾ ਜੀ। ਪਾਣੀ ਲਾਉਣ ਤੋਂ ਬਾਅਦ ਇਹਦਾ ਹਾਲ ਦੇਖ ਲਓ ਤੁਸੀਂ, ਦੁੱਧਾ ਹੀ ਸੁੱਕ ਗਿਆ ਜੀ ਇਹਦੇ ਚੋਂ, ਜ਼ਹਿਰ ਪਾਣੀ ਲੱਗੇ ਜੀ ਇਹਨੂੰ, ਤੇ ਇਹ ਖਤਮ ਹੋ ਗਿਆ ਜੀ ਜਮਾਂ ਹੀ ਸਾਡਾ ਝੋਨਾ। ਪਰ ਤੁਹਾਨੂੰ ਦਿਖਾਉਂਦੇ ਹਾਂ ਕੈਮੀਕਲ, ਦੇਖੋ ਆਹ ਆਹ ਪਾਣੀ ਦਾ ਰੰਗ ਹੈ ਜੀ, ਜਦ ਕਿ ਇਹ ਬੀਜ ਅਸੀਂ ਹੋਰ ਪਾਸੇ ਲਾਇਆ ਸੀ ਉੱਧਰ ਸਹੀ ਹੈ ਜੀ। ਅੱਛਾ, ਜਿੱਥੇ ਹੋਰ ਪਾਸੇ ਲਾਇਆ ਉੱਥੇ ਬੀਜ ਇਹ ਸਹੀ ਹੈ? ਸਹੀ ਹੈ ਜੀ, ਉਹ ਵੀ ਅਸੀਂ ਜੇ ਤੁਸੀਂ ਕਹੋ ਤਾਂ ਅਸੀਂ ਹੁਣ ਚਲੋ ਵੱਢ ਲਿਆ ਜੀਰੀ, ਉੱਥੇ ਝਾੜ ਸਾਡਾ 27-28 ਕੁਇੰਟਲ ਦਾ। ਤੁਹਾਡਾ ਮਤਲਬ ਹੈ ਕਿ ਜੋ ਕੁਛ ਹੋ ਰਿਹਾ ਕੈਂਸਰਸ ਹੋ ਰਿਹਾ? ਇਹ ਭਾਜੀ ਬਹੁਤ ਵੱਡੀ ਪ੍ਰੋਬਲਮ ਹੈ ਜੀ, ਇੱਥੇ ਕੋਈ ਆਪਣਾ ਜਿਹੜੇ ਮੋਹਦਵਾਰ ਵੀ ਬੰਦੇ ਆ ਉਹ ਵੀ ਗੌਰ ਨਹੀਂ ਕਰ ਰਹੇ ਜੀ, ਸਾਡੀਆਂ ਦਸਾਲੀਆਂ ਸਾਨੂੰ ਡਰ ਆ ਵੀ ਨਸਲਾਂ ਨਾ ਖਤਮ ਹੋ ਜਾਣ ਜੀ, ਇੰਨੇ ਹਾਲਾਤ ਮਾੜੇ ਨੇ। ਦੇਖੋ ਕਿੰਨੀ ਦਰਦ ਭਰੀ ਗੱਲ ਹੈ, ਮਤਲਬ ਦਰਦ ਵਾਲੀ ਗੱਲ ਹੈ ਕਿ ਇਹਨਾਂ ਨੇ ਕਿਹਾ ਕਿ ਬਿਆਨ ਦੇਖੋ ਕਿ ਸਾਡੀਆਂ ਨਸਲਾਂ ਜਿਹੜੀਆਂ ਹੈ ਉਹ ਨਾ ਖਤਮ ਹੋ ਜਾਣ। ਔਰ ਦੇਖੋ ਇਹ 10-15 ਸਾਲਾਂ ਦੇ ਵਿੱਚ 20 ਸਾਲਾਂ 'ਚ ਪ੍ਰੋਬਲਮ ਵਧੀ ਹੈ, ਇੰਨੀ ਵਧ ਗਈ ਹੈ ਕਿ ਫਸਲਾਂ ਉੱਗਣੀਆਂ ਬੰਦ ਹੋ ਗਈਆਂ, ਪਾਣੀ ਜਿਹੜਾ ਹੈ ਉਹਦਾ ਲੈਵਲ ਤਾਂ ਨੀਚੇ ਚਲਾ ਗਿਆ, ਲੇਕਿਨ ਪਾਣੀ ਬਿਲਕੁਲ ਗੰਦਲਾ ਪਾਣੀ ਆ ਰਿਹਾ, ਕੈਮੀਕਲਸ ਵਾਲਾ ਪਾਣੀ ਆ ਰਿਹਾ, ਇੱਕ ਝਲਕ ਤੁਹਾਨੂੰ ਪਾਣੀ ਦੀ ਵੀ ਦਿਖਾਵਾਂਗੇ। ਇਹ ਹੈ ਵੱਡੀ ਸਮੱਸਿਆ, ਸਿਰਫ ਇਹ ਰੈਲ ਮਾਜਰੇ ਦੀ ਸਮੱਸਿਆ ਨਹੀਂ, ਪੰਜਾਬ ਦੇ ਵਿੱਚ ਬਹੁਤ, ਪੂਰੇ ਭਾਰਤ ਵਰਸ਼ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਇਹ ਸਮੱਸਿਆ ਹੈ। ਸਰਕਾਰਾਂ ਨੂੰ ਇਹਦੇ ਬਾਰੇ ਕਰਨਾ ਚਾਹੀਦਾ ਕੁਛ ਨਾ ਕੁਛ, ਕਮੈਂਟਿੰਗ ਕਰੋ, ਰੱਜ ਕੇ ਕਮੈਂਟਿੰਗ ਕਰੋ, ਲੰਬੇ ਲੰਬੇ ਕਮੈਂਟ ਲਿਖੋ, ਤੁਹਾਡਾ ਕੋਈ ਵਿਚਾਰ ਹੈ ਉਹ ਵੀ ਲਿਖੋ, ਤਾਂ ਜੋ ਇਹਨਾਂ ਕਿਸਾਨਾਂ ਨੂੰ ਕੋਈ ਨਾ ਕੋਈ ਸੇਧ ਮਿਲ ਸਕੇ, ਕੋਈ ਰਸਤਾ ਮਿਲ ਸਕੇ, ਅਤੇ ਸਰਕਾਰ ਤੱਕ, ਅਥਾਰਟੀਜ਼ ਤੱਕ ਇਹ ਵੀਡੀਓ ਪਹੁੰਚੇ। ਗੱਲਬਾਤ ਕਰਦੇ ਹਾਂ, ਕੁਝ ਹੋਰ ਕਿਸਾਨ ਵੀ ਨੇ ਸਾਡੇ ਨਾਲ। ਹਾਂ ਸਰਪੰਚ ਸਾਹਿਬ, ਕੀ ਨਾਮ ਹੈ ਜੀ ਤੁਹਾਡਾ? ਸੇਠੀ ਚੌਧਰੀ ਹੈ ਜੀ ਮੇਰੀ। ਤੁਸੀਂ ਸਰਪੰਚ? ਤੁਹਾਡੀ ਵਾਈਫ ਸਰਪੰਚ? ਸਰਪੰਚ ਜੀ। ਅੱਛਾ ਸਰਪੰਚ ਸਾਹਿਬ, ਕੋਈ ਉਪਰਾਲਾ ਕੀਤਾ ਆਪਾਂ ਨੇ, ਗੱਲਬਾਤ ਕੀਤੀ ਕਿਸੇ ਨਾਲ? ਸਰ ਅਸੀਂ ਕਈ ਵਾਰੀ ਫੈਕਟਰੀਆਂ ਨੂੰ ਚੇਤਾਵਨੀ ਦੇ ਚੁੱਕੇ ਹਾਂ। ਰਿਟਰਨ ਵੀ ਦੇ ਚੁੱਕੇ ਹੋ? ਰਿਟਰਨ ਮੈਂ ਡਰੇਨ ਮਹਿਕਮੇ ਨੂੰ ਦਿੱਤਾ ਸੀ, ਡਰੇਨ ਮਹਿਕਮੇ ਨੂੰ ਮੌਕਾ ਵੀ ਦਿਖਾਇਆ ਕਿ ਆਹ ਬਰਸਾਤ ਤੋਂ ਇਲਾਵਾ ਪਾਣੀ ਆ ਰਿਹਾ। ਬਰਸਾਤ ਦਾ ਪਾਣੀ ਤਾਂ ਚਲੋ ਜਦੋਂ ਆ ਰਿਹਾ ਫਿਰ ਤਾਂ ਆਉਂਦਾ ਹੀ ਹੈਗਾ ਜੀ, ਬਰਸਾਤ ਤੋਂ ਇਲਾਵਾ ਖਾਲੇ 'ਚ ਪਾਣੀ ਆਉਂਦਾ ਦਿਖਾਇਆ। ਮੈਂ ਡਰੇਨ ਮਹਿਕਮੇ ਨੂੰ ਕਿਹਾ ਤੁਸੀਂ ਨੋਟਿਸ ਕੱਢੋ ਕਿ ਗੰਦਾ ਪਾਣੀ, ਜ਼ਹਿਰੀਲਾ ਪਾਣੀ ਖਾਲੇ 'ਚ ਨਾ ਪਾਇਆ ਜਾਵੇ। ਉਹ ਜਿਹੜਾ ਖਾਲੇ 'ਚ ਪਾਣੀ ਪਾਉਂਦਾ ਉਹ ਸਿੰਮਦਾ ਹੈਗਾ ਜ਼ਮੀਨ ਦੇ ਵਿੱਚ, ਅਤੇ ਉਹੀ ਸਾਡੇ ਬੋਰਾਂ ਦੇ ਰਸਤੇ ਫਿਰ ਸਾਡੀਆਂ ਜ਼ਮੀਨਾਂ ਨੂੰ ਲੱਗਦਾ ਅਤੇ ਬਿਮਾਰੀਆਂ ਫੈਲਦੀਆਂ। ਪੀਣ ਲਾਇਕ ਜੀ, ਹੁਣ ਅਗਰ ਸਾਡੇ ਇੱਥੇ ਕੋਈ ਜ਼ਿਮੀਂਦਾਰ ਖੇਤਾਂ 'ਚ ਕੰਮ ਕਰਨ ਆਉਂਦਾ ਨਾ ਜੀ, ਉਹ ਪੀਣ ਲਈ ਪਾਣੀ ਦੀ ਬੋਤਲ ਲੈ ਕੇ ਆਉਂਦਾ ਪਿੰਡੋਂ ਬਾਜ਼ਾਰੋਂ। ਇੱਥੇ ਪਾਣੀ ਪੀ ਨਹੀਂ ਸਕਦੇ ਜੀ, ਇੱਥੇ ਕੋਈ ਵੀ ਬੋਰ ਹੈ ਚਾਹੇ ਨਲਕਾ ਹੈ, ਆਦਮੀ ਤਾਂ ਪਾਣੀ ਪੀਏ ਨਹੀਂ ਸਕਦਾ। ਔਰ ਇਸ ਟਾਈਮ ਡੰਗਰਾਂ ਨੂੰ ਵੀ ਨੁਕਸਾਨ ਕਰ ਰਿਹਾ, ਅਗਰ ਜਿਹੜੇ ਡੰਗਰ ਪਾਣੀ ਪੀਂਦੇ ਉਹਨਾਂ ਨੂੰ ਵੀ ਨੁਕਸਾਨ ਕਰ ਰਿਹਾ। ਬੜੀ ਵੱਡੀ ਤ੍ਰਾਸਦੀ ਚ ਬਿਲਕੁਲ ਜੀ ਬਿਲਕੁਲ। ਔਰ ਜਿਹੜਾ ਧੂੰਏ ਦਾ ਪ੍ਰਦੂਸ਼ਣ ਆ ਨਾ, ਉਹਦੇ ਨਾਲ ਸਾਡੇ ਪਿੰਡ 'ਚ ਦੇਖਿਆ ਜਾਵੇ ਤਕਰੀਬਨ 70% ਲੋਕਾਂ ਨੂੰ ਚਮੜੀ ਦੀ ਐਲਰਜੀ ਹੋ ਚੁੱਕੀ ਹੈ। ਅੱਛਾ ਬਿਲਕੁਲ, ਮੈਂ ਆਪਣੇ ਵੀ ਦੱਸ ਸਕਦਾ, ਮੇਰੇ ਇੰਨੀ ਐਲਰਜੀ ਹੋਈ ਹੈ, ਮੇਰੇ ਵਰਗੇ ਬਹੁਤ ਲੋਕ ਆ, 70% ਲੋਕ ਇੱਦਾਂ ਦੇ ਜਿਨ੍ਹਾਂ ਦੀ ਆਪਣੇ ਐਲਰਜੀ ਹੋ ਚੁੱਕੀ, ਚਮੜੀ ਖਰਾਬ ਹੋ ਚੁੱਕੀ ਹੈ। ਔਰ ਜਿਹੜਾ ਇਹ ਪਾਣੀ ਹੈ ਨਾ, ਆਹ ਜ਼ਮੀਨ ਖਾਸ ਕਰਕੇ ਕਈ ਵਾਰੀ ਫਸਲ ਪਾਲ ਲੈਂਦੇ ਆ, ਲੇਕਿਨ ਜਦੋਂ ਵੱਢਣ ਦਾ ਟਾਈਮ ਆਉਂਦਾ ਨਾ ਜੀ, ਉਹ ਪਿੱਛੋਂ ਪਾਣੀ ਛੱਡਦੇ ਆ, ਅਤੇ ਇੱਥੇ ਬਿਨਾਂ ਬਰਸਾਤ ਤੋਂ ਪਾਣੀ ਖੇਤਾਂ 'ਚ ਖੜ੍ਹ ਜਾਂਦਾ, ਕੋਈ ਵੱਢ ਨਹੀਂ ਸਕਦਾ ਫਸਲ ਨੂੰ, ਇੱਦਾਂ ਦਾ ਹਾਲ ਹੁੰਦਾ। ਹਾਂਜੀ ਹਾਂਜੀ, ਔਰ ਬਹੁਤ ਵਾਰ ਅਸੀਂ ਕਹਿ ਚੁੱਕੇ ਹਾਂ ਇਸ ਚੀਜ਼ ਨੂੰ ਕਿ ਜਿਹੜਾ ਅਸੀਂ ਤੁਹਾਨੂੰ ਮੌਕਾ ਵੀ ਦਿਖਾਵਾਂਗੇ ਜਿੱਥੇ ਪਾਣੀ ਪੈਂਦਾ, ਔਰ ਉਹ ਜਿਹੜਾ ਪਾਣੀ ਕ੍ਰੋਸ ਹੋ ਕੇ, ਨਹਿਰ ਕ੍ਰੋਸ ਹੋ ਕੇ ਇਹਨਾਂ ਖੇਤਾਂ 'ਚ ਆਉਂਦਾ। ਅਸੀਂ ਤਾਂ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜ਼ਿਮੀਂਦਾਰਾਂ ਪਹਿਲਾਂ ਹੀ ਫੇਲ ਹੋ ਰਿਹਾ, ਕੁਛ ਬਿਮਾਰੀਆਂ ਨੇ ਖਤਮ ਕਰਤੀਆਂ ਫਸਲਾਂ, ਕੁਛ ਜਿਹੜਾ ਇਸ ਏਰੀਏ ਦੇ ਵਿੱਚ ਫਾਇਦਾ ਇੰਡਸਟਰੀ ਦਾ ਹੋਣਾ ਚਾਹੀਦਾ ਸੀ, ਲੇਕਿਨ ਉਲਟਾ ਨੁਕਸਾਨ ਹੋ ਰਿਹਾ ਸਾਡਾ। ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜ਼ਿਮੀਂਦਾਰਾਂ ਨੂੰ ਬਚਾਇਆ ਜਾਵੇ, ਇਹਨਾਂ ਦੀ ਸੁਣਵਾਈ ਕੀਤੀ ਜਾਵੇ, ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਕਰੀ ਜਾਵੇ, ਅਤੇ ਇਹਨਾਂ ਨੂੰ ਪਾਣੀ ਵਧੀਆ ਸਾਫ, ਸਾਡੇ ਨਹਿਰ ਚੱਲਦੀ ਹੈ, ਨਹਿਰ ਤੋਂ ਪਾਣੀ ਦੀ ਸਪਲਾਈ ਕਰਾਈ ਜਾਵੇ ਖੇਤਾਂ ਨੂੰ। ਇਹ ਤਾਂ ਬੜਾ ਵਧੀਆ ਪੁਆਇੰਟ ਹੈ ਕਿ ਨਹਿਰ ਚੱਲਦੀ ਹੈ, ਬਿਸਦੁਆਬ ਨਹਿਰ ਚੱਲਦੀ ਹੈ, ਸਾਡੇ ਖੇਤਾਂ ਦੇ ਵਿੱਚੋਂ ਬਿਸਦੁਆਬ ਨਹਿਰ ਜਾ ਰਹੀ ਹੈ, ਉਹਦੇ ਵਿੱਚੋਂ ਕਨੈਕਸ਼ਨ ਹੋਣਾ ਚਾਹੀਦਾ, ਇਹਨਾਂ ਜ਼ਮੀਨਾਂ ਨੂੰ ਤਾਂ ਹੀ ਬਚ ਸਕਦੇ ਹੈ। ਇਹ ਫੈਕਟਰੀਆਂ ਵਾਲੇ ਕੋਈ ਪਾਣੀ ਨਹਿਰ 'ਚ ਵੀ ਗਿਰਦੇ ਨੇ? ਨਹੀਂ, ਨਹਿਰ 'ਚ ਨਹੀਂ ਗੇਰਦੇ ਜੀ, ਉਹ ਤਾਂ ਜ਼ਿਆਦਾ ਅੰਦਰ ਧਰਤੀ 'ਚ ਪਾ ਰਹੇ ਆ, ਜਾਂ ਫਿਰ ਵਾਧਾ ਘਾਟਾ ਪਾਣੀ ਇੱਦਾਂ ਖਾਲਿਆਂ ਦੇ ਰਸਤੇ ਬਾਹਰ ਵੇਸਟ, ਉਹ ਧਰਤੀ ਦਾ ਪਾਣੀ ਜਿਹੜਾ ਹੇਠਾਂ ਤੱਕ ਪਹੁੰਚਦਾ। ਹਾਂ, ਉਹ ਸਾਡੇ ਬੋਰ ਤੁਸੀਂ ਚਲਾ ਕੇ ਦੇਖੋਗੇ, ਪੀਲਾ ਪਾਣੀ ਕੱਢ ਰਹੇ ਆ ਬੋਰ ਸਾਡੇ। ਦੇਖੋ ਜੀ, ਪੀਲਾ ਪਾਣੀ ਕੱਢ ਰਹੇ ਹੈ ਇਹ ਬੋਰ, ਔਰ ਇਸ ਸਮੇਂ ਪੰਜਾਬ ਤੋਂ ਰਿਪ੍ਰਜੈਂਟ ਕਰ ਰਹੇ ਸੀਚੇਵਾਲ ਸਾਹਿਬ, ਸੰਤ ਸੀਚੇਵਾਲ ਜੀ, ਐਨਵਾਇਰਨਮੈਂਟਲਿਸਟ ਹੈ, ਵਾਤਾਵਰਨ ਪ੍ਰੇਮੀ ਹੈ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੋ ਕੈਮਰੇ ਤੇ? ਅਸੀਂ ਤਾਂ ਤੁਹਾਡੀ ਆਵਾਜ਼ ਬਣਨਗੇ ਉਹ, ਅਸੀਂ ਤਾਂ ਸੀਚੇਵਾਲ ਸਾਹਿਬ ਨੂੰ ਵੀ ਹੁਣ ਰਾਜ ਸਭਾ ਮੈਂਬਰ ਵੀ ਬਣ ਗਏ ਆ ਉਹ, ਅਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਾਡੇ ਏਰੀਏ ਦੇ ਵਿੱਚ ਵਿਜਿਟ ਕਰੋ ਆ ਕੇ ਇੱਕ ਵਾਰੀ, ਅਸੀਂ ਉਹਨਾਂ ਦੇ ਨਾਲ ਹਾਂ, ਜੋ ਵੀ ਆਪਣੇ ਪਾਣੀ ਲਈ ਸਾਡਾ ਪਿੰਡ ਦਾ ਸਾਥ ਚਾਹੀਦਾ ਹੋਊਗਾ, ਅਸੀਂ ਉਹਨਾਂ ਦੇ ਨਾਲ ਤੁਰੇ ਹਾਂ, ਅਗਰ ਸਾਡਾ ਆ ਕੇ ਮੌਕਾ ਦੇਖਦੇ ਹੋ ਇੱਥੇ। ਆ ਸਰ ਦੇਖੋ, ਆਹ ਪਾਣੀ ਆ ਬਗੈਰ ਬਰਸਾਤ ਤੋਂ, ਹੁਣ ਕਿਹੜੀ ਬਰਸਾਤ ਹੋ ਰਹੀ ਹੈ, ਆਹ ਪਾਣੀ
ਇਹ ਖਾਲਾ ਜਿਹੜਾ ਨਾ ਇਹ ਖਾਲਾ ਇੱਥੇ ਤੱਕ ਹੀ ਖਤਮ ਹੈ, ਅੱਗੋਂ ਖਾਲਾ ਨਹੀਂ ਹੈ, ਇਹਦਾ ਪਾਣੀ ਦਾ ਨਿਕਾਲ ਕੋਈ ਨਹੀਂ ਹੈ। ਇਹ ਸਾਡੇ ਖੇਤਾਂ 'ਚ ਇਹ ਪਾਣੀ ਪੈ ਰਿਹਾ, ਇਹ ਫੈਕਟਰੀ ਦਾ ਪਾਣੀ। ਹੁਣ ਤਾਂ ਕੋਈ ਬਾਰਿਸ਼ ਪਈ ਨੂੰ ਵੀ ਤਕਰੀਬਨ ਮਹੀਨਾ ਹੋ ਗਿਆ, ਹੁਣ ਕਿਹੜੀ ਬਰਸਾਤ ਹੋ ਰਹੀ ਆ, ਪਾਣੀ ਦੇਖੋ ਤੁਸੀਂ ਕਿੱਥੋਂ ਆ ਰਿਹਾ ਹੈ, ਇਹ ਫੈਕਟਰੀ ਦਾ ਪਾਣੀ ਆ ਰਿਹਾ। ਇਹ ਸਾਰੇ ਮਤਲਬ ਆਹ ਜਿੰਨਾ ਏਰੀਆ ਨਾ ਸਾਡਾ 200-300 acres, ਇਹ ਸਾਰੇ ਉਹਦੇ ਵਿੱਚ ਪੈ ਰਿਹਾ ਇਹ ਪਾਣੀ। ਬਾਕੀ ਇਹਦੇ ਵਿੱਚ ਤੁਸੀਂ ਹੁਣ ਦੇਖ ਲਓ, ਡੰਗਰ ਡੰਗਰ ਸਾਡੇ ਮਰ ਰਹੇ, ਫਸਲਾਂ ਤਾਂ ਮਰ ਰਹੀਆਂ, ਡੰਗਰ ਵੀ ਮਰ ਰਹੇ, ਬਾਕੀ ਲੋਕ ਬਿਮਾਰ ਹੋ ਰਹੇ, ਸਾਡੇ ਬੱਚੇ ਬਿਮਾਰ ਹੋ ਰਹੇ, ਸਾਡੇ ਘਰ ਸਾਡੇ ਨਾਲ ਆ ਉੱਥੇ ਫੈਕਟਰੀ ਦੇ ਪਿਛਲੇ ਪਾਸੇ, ਉਹ ਮੇਰੀ ਵਾਈਫ ਨੂੰ ਖੁਦ ਐਲਰਜੀ ਦੀ ਪ੍ਰੋਬਲਮ ਹੈ, ਉਸ ਮਾੜੀ ਜਿਹੀ ਉਹ ਮਾਸਕ ਲਏ ਤੋਂ ਬਗੈਰ ਬਾਹਰ ਨਿਕਲੇ ਨਹੀਂ ਸਕਦੀ, ਇੰਨਾ ਬੁਰਾ ਹਾਲ ਹੈ ਜੀ। ਬਾਕੀ ਆ ਤੁਸੀਂ ਦੇਖ ਲਓ ਹੁਣ ਤੁਹਾਡੇ ਸਾਹਮਣੇ ਹੈ ਜੀ ਆਹ ਨਕਸ਼ਾ। ਹਾਂਜੀ ਸਰਪੰਚ ਸਾਹਿਬ, ਕੀ ਕਹਿੰਦੇ, ਹੋਰ ਕੀ ਸਮੱਸਿਆ ਤੁਸੀਂ ਗੱਲ ਕਰ ਰਹੇ ਸੀ, ਤੁਹਾਡੀ ਸ਼ਿਕਾਇਤ ਕੀਤੀ ਇਹਨਾਂ ਦੀ ਕੋਈ? ਸਰ ਇਹਨਾਂ ਦੀ ਪਿੱਛੇ ਇੱਕ ਮਹੀਨਾ ਪਹਿਲਾਂ ਤਕਰੀਬਨ ਅਗਸਤ ਸਤੰਬਰ ਦੇ ਵਿੱਚ ਸ਼ਿਕਾਇਤ ਹੋਈ ਸੀ ਸਨ ਫਾਰਮਾ ਫੈਕਟਰੀ ਦੀ। ਅੱਛਾ। ਔਰ ਉੱਥੇ ਆ ਕੇ ਆਪਣਾ ਮੈਡਮ ਕਮਲਦੀਪ ਕੌਰ ਐਕਸੀਅਨ ਹੈਗੇ ਜੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ। ਅੱਛਾ। ਉਹਨਾਂ ਨੇ ਵਿਜ਼ਿਟ ਕੀਤਾ, 2 ਦਿਨ ਦੇਖਿਆ, ਉਹਨਾਂ ਦੇ ਅੰਦਰ ਪਾਣੀ ਦਾ ਟੋਬਾ ਖੜਾ ਕੀਤਾ ਹੋਇਆ ਸੀ, ਕਾਲੇ ਪਾਣੀ ਦਾ ਕੈਮੀਕਲ ਵਾਲੇ ਦਾ, ਉਹ ਜ਼ਮੀਨ ਦੇ ਅੰਦਰ ਜਾ ਰਿਹਾ ਸੀ, ਉਹਦੇ ਸੈਂਪਲ ਭੇਜੇ ਹੋਏ ਹੈ, ਅਤੇ ਉਸਦਾ ਹਾਲੇ ਤੱਕ ਮਹੀਨਾ ਹੋ ਗਿਆ ਜੀ, ਸਾਨੂੰ ਕੋਈ ਮੁੜ ਕੇ ਪਤਾ ਨਹੀਂ ਲੱਗਿਆ ਕੀ ਕਾਰਵਾਈ ਕੀਤੀ ਉਹ 'ਤੇ। ਉਹ ਅਖਬਾਰਾਂ ਵਿੱਚ ਵੀ ਅਤੇ ਚੈਨਲਾਂ 'ਤੇ ਵੀ ਉਹ ਖਬਰ ਚੱਲੀ ਹੈ, ਲੇਕਿਨ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਉਹਨਾਂ 'ਤੇ ਕੀ ਕਾਰਵਾਈ ਕੀਤੀ ਹੈ, ਜਾਂ ਉਹਨਾਂ ਦਾ ਗੋਲ ਕਰ ਦਿੱਤਾ ਜੀ ਕੰਮ। ਤੁਸੀਂ ਪਿੰਡ ਵਾਲਿਆਂ ਨੇ ਕੋਈ ਜਵਾਬ ਮੰਗਿਆ ਉਹਨਾਂ ਤੋਂ? ਨਹੀਂ ਹਜੇ ਤੱਕ ਅਸੀਂ ਪ੍ਰਦੂਸ਼ਣ ਬੋਰਡ ਤੋਂ ਜਵਾਬ ਮੰਗਿਆ? ਨਹੀਂ ਹਜੇ ਨਹੀਂ ਕੋਈ ਮੰਗਿਆ। ਮੰਗੋ ਜਵਾਬ, ਬਿਲਕੁਲ ਮੰਗਾਓ, ਜ਼ਰੂਰੀ ਹੈ ਅਸੀਂ ਬਿਲਕੁਲ ਆਪਾਂ ਰਾਬਤਾ ਕਾਇਮ ਕਰਾਂਗੇ ਐਕਸੀਅਨ ਸਾਹਿਬ ਨਾਲ। ਤੁਸੀਂ ਉਸ ਕਾਰਵਾਈ ਤੋਂ ਸੰਤੁਸ਼ਟ ਹੋ ਕੇ ਨਹੀਂ ਸੰਤੁਸ਼ਟ? ਅਗਰ ਉਹਨਾਂ 'ਤੇ ਬਣਦੀ ਕਾਰਵਾਈ ਹੁੰਦੀ ਹੈ ਔਰ ਅੱਗੇ ਤੋਂ ਜੋ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਗਾਈਡਲਾਈਨਸ ਹੈ ਉਹਨਾਂ ਨੂੰ ਫੋਲੋ ਕਰਦੇ ਆ, ਤਾਂ ਹੀ ਅਸੀਂ ਤਾਂ ਸੰਤੁਸ਼ਟ ਹੋਵਾਂਗੇ ਜੀ। ਦੇਖੋ ਐਡੀ ਵੱਡੀ ਤ੍ਰਾਸਦੀ ਤੁਸੀਂ ਝੇਲ ਰਹੇ ਹੋ, ਤੁਸੀਂ ਇੱਥੇ ਤੱਕ ਮਤਲਬ ਜਿਹੜਾ ਹੈ ਪੂਰੇ ਕਦਮ ਸਾਰਾ ਪਿੰਡ ਇਕੱਠਾ ਹੈ ਤੁਹਾਡਾ, ਠੀਕ ਹੈ, ਔਰ ਬੜੀਆਂ ਵੱਡੀਆਂ ਸਮੱਸਿਆਵਾਂ ਤੁਸੀਂ ਝੇਲ ਰਹੇ ਹੋ, ਇਸੇ ਕਰਕੇ ਅਸੀਂ ਪਹੁੰਚੇ ਹਾਂ। ਮੈਨੂੰ ਥੋੜ੍ਹੀ ਜਿਹੀ ਭਿਣਕ ਮਿਲੀ ਕਿ ਇਸ ਪਿੰਡ ਦੀ ਬੜੀ ਵੱਡੀ ਸਮੱਸਿਆ ਹੈ। ਬਹੁਤ ਬਹੁਤ ਧੰਨਵਾਦ ਸਰ, ਤੁਹਾਡਾ, ਤੁਸੀਂ ਸਾਡੇ ਪਿੰਡ ਦੀ ਤ੍ਰਾਸ ਦੀ ਪਹਿਲੀ ਵਾਰ ਆਪਣੇ ਵੱਲੋਂ ਸੁਣਨ ਆਏ ਆ, ਬਹੁਤ ਚੰਗੀ ਗੱਲ ਹੈ ਜੀ। ਗੱਲ ਹੈ ਕਿ ਪਤਾ ਕਿ ਅਸੀਂ ਜਿਹੜਾ ਕੰਮ, ਵੈਸੇ ਤਾਂ ਮੈਂ ਬਲੌਗਰ ਹੈ, ਯੂਟਿਊਬਰ ਹੈ, ਲੇਕਿਨ ਅਸੀਂ ਕੰਮ ਜਿਹੜਾ ਕਰ ਰਹੇ ਹਾਂ ਕਿ ਜਿੱਥੇ ਸਮਾਜਿਕ ਕੰਮ ਗਲਤ ਹੋ ਰਿਹਾ ਨਾ, ਉੱਥੇ ਜਾਣਾ ਸਾਡਾ ਫਰਜ਼ ਹੈ, ਆਵਾਜ਼ ਬੁਲੰਦ ਕਰਨ ਦੇ ਲਈ ਅਸੀਂ ਤੁਹਾਡੇ ਨਾਲ ਹੈ, ਸਾਡੇ ਸਬਸਕ੍ਰਾਈਬਰ ਵੀ ਤੁਹਾਡੇ ਨਾਲ ਹੈ। ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਸ ਵੀਡੀਓ ਨੂੰ, ਬਸ ਪਹੁੰਚਾ ਦਿਉ, ਸਿਰਫ ਹਿੰਦੁਸਤਾਨ ਨਹੀਂ ਦੁਨੀਆ ਦੇ ਹਰੇਕ ਕੋਨੇ ਤੱਕ ਪਹੁੰਚਾ ਦਿਉ ਕਿ ਰੈਲ ਮਾਜਰਾ ਰੋਪੜ ਵਿਖੇ ਹਜ਼ਾਰਾਂ ਹੀ ਏਕੜ ਜ਼ਮੀਨ ਜਿਹੜੀ ਹੈ ਬਰਬਾਦ ਹੋ ਗਈ ਹੈ, ਕਿਸਾਨਾਂ ਅਤੇ ਕਿਸਾਨ ਬਰਬਾਦ ਹੋ ਚੁੱਕੇ ਹੈ ਇਹਨਾਂ ਫੈਕਟਰੀਆਂ ਦੇ ਪ੍ਰਦੂਸ਼ਣ ਕਰਕੇ, ਜਿਹੜਾ ਹੈ ਜ਼ਮੀਨ ਦਾ ਪਾਣੀ ਗੰਦਲਾ ਹੋ ਚੁੱਕਿਆ, ਫਸਲਾਂ ਜਿਹੜੀਆਂ ਕੈਂਸਰ ਬੀਜ ਰਹੀਆਂ ਨੇ, ਕੈਂਸਰ ਉਗਲ ਰਹੀਆਂ ਨੇ, ਇਹ ਬਹੁਤ ਵੱਡੀ ਤ੍ਰਾਸਦੀ ਦੀ ਗੱਲ ਹੈ। ਜਿੱਥੇ ਕੈਂਸਰ ਨੂੰ ਰੋਕਣ ਦੇ ਉਪਰਾਲੇ ਹੋ ਰਹੇ ਹੈ ਉੱਥੇ ਕੈਂਸਰ ਜਿਹੜਾ ਹੈ ਉਹ ਹੋਵੇ ਹੀ ਨਾ, ਇਸ ਦੇ ਪ੍ਰਤੀ ਉਪਰਾਲੇ ਹੋਣੇ ਚਾਹੀਦੇ। ਕੀ ਕਹਿੰਦੇ ਜੀ ਤੁਸੀਂ? ਦੇਖੋ ਅਸੀਂ ਇਹ ਕਹਿੰਦੇ ਹਾਂ, ਜਦੋਂ ਇੰਡਸਟਰੀ ਇੱਥੇ ਲੱਗਦੀ ਹੈ ਨਾ ਜੀ, ਬਹੁਤ ਵੱਡੇ ਵੱਡੇ ਵਾਅਦੇ ਕਰਦੀ ਹੈ, ਸਾਡੇ ਲੋਕਲ ਨੌਜਵਾਨਾਂ ਨੂੰ ਅਸੀਂ ਗੇੜੇ ਮਾਰ ਮਾਰ ਥੱਕ ਲੈਂਦੇ ਹਾਂ ਅਤੇ ਨੌਕਰੀ ਨਹੀਂ ਦਿੰਦੇ, ਬਾਹਰੋਂ ਹਿਮਾਚਲ ਤੋਂ, ਰਾਜਸਥਾਨ ਤੋਂ, ਯੂਪੀ ਤੋਂ ਲਿਆ ਕੇ ਬੰਦੇ ਰੱਖ ਲੈਂਦੇ ਆ, ਲੇਕਿਨ ਸਾਡੇ ਲੋਕਲ ਨੌਜਵਾਨਾਂ ਨੂੰ ਪਹਿਲ ਨਹੀਂ ਦਿੰਦੇ। ਅਸੀਂ ਕਹਿੰਦੇ ਅਗਰ ਇੰਡਸਟਰੀ ਹੈਗੀ ਤਾਂ ਉਹਦਾ ਫਾਇਦਾ ਵੀ ਹੋਵੇ, ਅਗਰ ਸਾਨੂੰ ਨੁਕਸਾਨ ਹੈ ਤਾਂ ਉਹਦਾ ਫਾਇਦਾ ਵੀ ਹੋਵੇ। ਰੈਲ ਮਾਜਰੇ ਦੇ ਕੋਈ ਲੋਕ ਲੱਗੇ ਨੇ ਨਾ ਫੈਕਟਰੀਆਂ? ਬਿਲਕੁਲ ਲੱਗੇ ਹੋਏ ਆ ਜੀ, ਪਲੱਸ ਟੂ ਪੜ੍ਹੇ, BA ਪੜ੍ਹੇ ਮੁੰਡੇ, 15-15 ਸਾਲ ਤੋਂ, 18-18 ਸਾਲ ਤੋਂ ਦਿਹਾੜੀ 'ਤੇ 200-250 ਰੁਪਇਆ ਦਿਹਾੜੀ 'ਤੇ ਕੰਮ ਕਰ ਰਹੇ ਆ ਜੀ ਉਹ। ਕਿਸੇ ਵੱਡੇ ਲੈਵਲ 'ਤੇ, ਕਿਸੇ ਵੱਡੇ ਅਹੁਦੇ 'ਤੇ ਨਹੀਂ ਪਹੁੰਚੇ? ਨਹੀਂ ਜੀ, ਉਹਨਾਂ ਨੂੰ ਪੱਕਾ ਰੈਗੂਲਰ ਨਹੀਂ ਕੀਤਾ ਜਾ ਰਿਹਾ, ਸਿਰਫ ਠੇਕੇਦਾਰ ਕੋ ਕੰਮ ਦਿੱਤਾ ਜਾ ਰਿਹਾ ਜੀ। ਅੱਛਾ, ਸਿਰਫ ਠੇਕੇਦਾਰ ਦੇ ਕੋਲ ਕੰਮ? ਹਾਂਜੀ, ਇੱਕ ਬੜੀ ਵੱਡੀ ਸਮੱਸਿਆ ਤੁਹਾਡੀ ਕੰਪਨੀ ਦੇ ਵਿੱਚ ਰੈਗੂਲਰ ਨਹੀਂ ਕੀਤਾ ਜਾ ਰਿਹਾ। ਕੀ ਕਹਿੰਦੇ ਜੀ, ਕਿਆ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ? ਸਰ ਦੇਖੋ ਜੀ, ਜਿਨ੍ਹਾਂ ਦੇ ਏਰੀਆ ਦੀ ਪ੍ਰੋਪਰਟੀ ਖਰਾਬ ਹੈ ਉਹਨਾਂ ਦੇ ਤਾਂ ਮੁੰਡੇ ਬੇਰੁਜ਼ਗਾਰ ਫਿਰਦੇ ਆ ਜੀ, ਹੈ, ਜਿਨ੍ਹਾਂ ਦੀ ਜ਼ਮੀਨ ਨਹੀਂ ਆ ਜੀ ਉਹ ਨੌਕਰੀ ਦੇਈ ਜਾਂਦੇ ਉਹਨਾਂ ਨੂੰ। ਖੁਦ ਮੈਂ 10 ਸਾਲ ਲਾਇਆ ਜੀ ਇਸ ਕੰਪਨੀ 'ਚ। ਕਿਹੜੀ ਕੰਪਨੀ 'ਚ? DSM 'ਚ। DSM 'ਚ? ਹਾਂ, 10 ਸਾਲ ਲਾਏ ਜੀ, 10 ਸਾਲ ਬਾਅਦ ਮੇਰੀ ਬ੍ਰੇਕ ਪਾ ਦਿੱਤੀ ਇਹਨਾਂ ਨੇ। 10 ਸਾਲ ਬਾਅਦ ਤੁਹਾਡੀ ਬ੍ਰੇਕ ਪਾ ਦਿੱਤੀ? ਹਾਂਜੀ। ਅਤੇ ਬਿਹਾਰ, UP ਇਹਨਾਂ ਸਥਾਨਾਂ ਤੋਂ ਜਿਹੜੇ ਲੋਕ ਆਉਂਦੇ ਇਹਨਾਂ ਪ੍ਰਾਂਤਾਂ ਤੋਂ ਉਹਨਾਂ ਨੂੰ ਨੌਕਰੀਆਂ ਦੇ ਰਹੇ ਹਾਂ? ਹਾਂਜੀ, ਇਹ ਵੀ ਬਹੁਤ ਵੱਡੀ ਤ੍ਰਾਸਦੀ ਹੈ। ਸਾਡੀ ਤਾਂ ਪ੍ਰੋਪਰਟੀ ਆ, ਸਾਡਾ ਪਾਣੀ ਦਾ ਪੀਓ ਜੀ, ਸਾਨੂੰ ਕੁਛ ਨਹੀਂ ਚਾਹੀਦਾ, ਇਹ ਤਾਂ ਹਫ਼ਤਾ ਲੇਬਰ ਨੂੰ ਪਾਣੀ ਪਿਲਾ ਦਿਓ। ਜੋ ਵੀ ਹੈ, ਲੇਬਰ ਨੂੰ ਪਿਲਾ ਦਿਓ, ਅਫਸਰਾਂ ਨੂੰ ਪਿਲਾ ਦਿਓ, ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਅਫਸਰਾਂ ਨੂੰ ਪਿਲਾ ਦਿਓ। ਅਸੀਂ ਤੋਚ ਨਹੀਂ ਲੈਂਦੇ, ਸਭ ਤੋਂ ਛੱਡਣ ਨੂੰ ਤਿਆਰ ਆ। ਪੋਲਿਊਸ਼ਨ ਕੰਟਰੋਲ ਬੋਰਡ ਦੇ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਪਿਲਾ ਦਿਓ। ਹਾਂ ਠੀਕ ਹੈ, ਇਹ ਤਾਂ ਹਫਤਾ ਪਾਣੀ ਦਾ ਪਿਲਾਓ ਜੀ ਉਹਨਾਂ ਨੂੰ। ਗੱਲ ਤਾਂ ਬੜੀ ਕਰਾਰੀ ਕਹੀ ਜੀ ਇਹਨਾਂ ਨੇ ਵੀ, ਇੱਕ ਵਾਰੀ ਜਿਹੜੇ ਫੈਕਟਰੀ ਦੇ ਜਿੰਨੇ ਇੰਪਲਾਈਜ਼ ਆ ਉਹਨਾਂ ਨੂੰ ਪਾਣੀ ਪਿਲਾ ਦਿਓ ਤਾਂ ਪਤਾ ਲੱਗ ਜੂਗਾ। ਜੇ ਕੋਈ ਲੋਕਲ ਕੰਮ ਕਰਨਾ ਚਾਹੁੰਦਾ ਜੀ, ਟਰੈਕਟਰ ਲਾਉਣਾ ਚਾਹੁੰਦਾ, ਉਹਦੇ ਹੱਥ ਖੜੇ ਕਰਦੇ ਜੀ, ਤਾਂ ਰਿਲਾਇੰਸ ਵਾਲਿਆਂ ਦੇ ਹੱਥ 'ਚ ਜੀ, ਰਿਲਾਇੰਸ ਵਾਲਿਆਂ ਨੂੰ ਵੀ 10
ਦੇਖੋ ਰੈਲ ਮਜਣਾ ਪੀ ਰਿਹਾ ਜੀ, ਹਾਂਜੀ ਕੈਮੀਕਲ ਟੌਂਸਾ ਪੀ ਰਿਹਾ ਜੀ, ਬਣਾ ਪੈ ਰਿਹਾ ਜੀ, ਬੁਰਾ ਹਾਲ ਆ ਸਾਡੇ ਪਿੰਡ ਜਾ ਕੇ ਦੇਖੋ ਜੀ। ਕਿਹੜੇ ਕਿਹੜੇ ਪਿੰਡ ਹੈ ਜੀ ਸਰਦਾਰ ਜੀ ਆਲੇ ਦੁਆਲੇ ਇੱਥੇ ਕਿਹੜੇ ਕਿਹੜੇ ਪਿੰਡ ਅਫੈਕਟਡ ਹੋ ਰਹੇ ਆ? ਕਹਿਣ ਦਾ ਮਤਲਬ ਭਾਵ ਇਹੀ ਹੈ ਜੀ, ਪਿੰਡਾਂ ਦੇ ਨਾਮ ਦੱਸ ਦੋ। ਪਿੰਡ ਰੋਪੜ ਤੋਂ ਸ਼ੁਰੂ ਹੋ ਜਾਂਦਾ ਜੀ ਕੰਮ, ਇਹਦੇ ਵਿੱਚ ਫਿਰ ਆਸਰੋਂ ਆ ਗਏ, ਰੈਲ ਮਾਜਰਾ ਹੋ ਗਿਆ ਜੀ, ਤਾਜਵਾਲ ਹੋ ਗਿਆ ਜੀ, ਫਤਿਹਪੁਰ ਹੋ ਗਿਆ, ਇੱਦਾਂ ਕਈ ਪਿੰਡ ਆ ਜੀ ਛੋਟੇ ਛੋਟੇ ਥੱਲੇ ਜਿੰਨੇ ਵੀ ਪਾਣੀ ਦਾ ਬਹਾਅ ਜਿੱਧਰ ਨੂੰ ਗਿਆ ਜੀ ਉੱਧਰ ਪਾਣੀ ਹੀ ਜਾਂਦਾ ਜੀ। ਜਿਸ ਤਰ੍ਹਾਂ ਪਾਣੀ ਦਾ ਬਹਾਅ ਹੈ ਉਸੇ ਤਰ੍ਹਾਂ ਪਾਣੀ ਖਰਾਬ ਹੁੰਦਾ ਜਾ ਰਿਹਾ, ਇਹ ਤਕਰੀਬਨ ਬਲਾਚੌਰ ਰਾਹੋਂ ਤੱਕ ਇਹਦਾ ਅਸਰ ਪਹੁੰਚ ਚੁੱਕਿਆ ਜੀ। ਰੋਪੜ ਵਾਲੇ ਦੇਖੋ, ਜਿਹੜੇ ਰੋਪੜ ਵਾਲੇ ਵੀਡੀਓ ਦੇਖ ਰਹੇ ਨੇ ਕਮੈਂਟ ਜ਼ਰੂਰ ਕਰਿਓ, ਮੈਨੂੰ ਤਾਂ ਆਉਂਦੀ ਹੈ ਕਦੀ ਕਦੀ ਬਦਬੂ ਜਿਹੜੀ ਹੈ ਰਾਤ ਨੂੰ ਕਈ ਵਾਰੀ, ਜਾਂ ਸਵੇਰੇ ਸਵੇਰੇ 4 ਵਜੇ ਵੀ ਬਦਬੂ ਦਾ ਹਵਾ ਦਾ ਜਦੋਂ ਰੁੱਗ ਰੋਪੜ ਵੱਲ ਹੁੰਦਾ ਨਾ ਤਾਂ ਉਦੋਂ ਮਹਿਸੂਸ ਕਰਦੇ ਹਾਂ ਕਿ ਹਵਾ ਦੇ ਵਿੱਚ ਵੀ ਜਿਹੜੀ ਹੈ ਕੈਮੀਕਲਸ ਦਾ ਜਿਹੜਾ ਹੈ ਬਦਬੂ ਆਉਂਦੀ ਹੈ, ਕੀ ਕਹਿੰਦੇ ਜੀ ਤੁਸੀਂ ਇਸ ਬਾਰੇ? ਬਿਲਕੁਲ ਜੀ ਬਿਲਕੁਲ, ਮੈਂ ਕਹਿੰਦਾ ਜੀ ਹੁਣ 1 ਘੰਟੇ ਤੋਂ ਬਾਅਦ ਇੱਥੇ ਦੇਖਿਓ ਜਿਸ ਤਰ੍ਹਾਂ ਧੁੰਦ ਹੁੰਦੀ ਹੈਗੀ, ਇਸ ਤਰ੍ਹਾਂ ਧੂੰਆਂ ਹੋ ਜਾਣਾ ਜੀ, ਔਰ ਉਹ ਬਦਬੂ ਪੂਰੇ ਛੱਡਦਾ ਜੀ, ਹਨੇਰਾ ਹੁੰਦੀ ਸਾਰੀ ਉਹਨਾਂ ਨੇ ਧੂੰਆਂ ਛੱਡਣਾ, ਉਹਦੇ ਨਾਲ ਧੁੰਦ ਬਣ ਜਾਂਦੀ ਹੈ ਜੀ, ਸਾਡੇ ਸਾਰੀ ਸਾਰੀ ਦਿਹਾੜੀ ਧੁੱਪ ਨਹੀਂ ਚੜ੍ਹਦੀ ਸਿਆਲ ਨੂੰ ਜੀ। 5:30 ਸਰ 7:15 ਤੁਸੀਂ ਰੋਡ ਤੇ ਖੜ ਕੇ ਸਮੈਲ ਲੈ ਲਿਓ, ਤੁਹਾਨੂੰ ਆਪਣੇ ਪਤਾ ਲੈਣਾ, ਤੁਸੀਂ 5 ਮਿੰਟ ਨਹੀਂ ਕੱਢਣਾ ਉੱਤੇ ਜੀ, ਵੀ ਇੰਨੀ ਬੁਰੀ ਸਮੈਲ ਆਉਂਦੀ ਜੀ। ਦੋਵੇਂ ਫੈਕਟਰੀਆਂ ਜੀ, DSM ਔਰ ਸਨ ਫਾਰਮ ਜੀ, ਕੋਲ ਖੜ ਕੇ ਦੇਖ ਲਓ ਜੀ। ਦੇਖੋ ਜੀ, ਇਹ ਹੈ ਰੈਲ ਮਾਜਰੇ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦਾ ਦੁਖਾਂਤ। ਸਾਡਾ ਮੰਨਣਾ ਇਹ ਦੁਖਾਂਤ ਸਿਰਫ ਜਿਹੜਾ ਹੈ ਇਹ ਰੈਲ ਮਾਜਰਾ ਦਾ ਹੀ ਨਹੀਂ ਹੈ, ਇਹ ਪੂਰੇ ਪੰਜਾਬ ਦਾ ਹੈ। ਪੰਜਾਬ ਦੇ ਵਿੱਚ ਜਿਸ ਜਿਸ ਥਾਂ 'ਤੇ ਵੀ ਫੈਕਟਰੀਆਂ ਲੱਗੀਆਂ ਨੇ, ਉਦਯੋਗ ਲੱਗਿਆ ਅਤੇ ਪੰਜਾਬ ਦੀ ਧਰਤੀ ਦੇ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ, ਗੁਨਾਹ ਕਰ ਰਹੇ ਨੇ ਉਹ, ਔਰ ਪੰਜਾਬ ਦੇ ਲੋਕ ਚੁੱਪ ਕਰਕੇ ਬੈਠੇ ਨੇ। ਮੁੱਦੇ ਬੜੇ ਹੈ ਪੰਜਾਬ ਦੇ, ਲੇਕਿਨ ਇਹ ਮੁੱਦਾ ਸਭ ਤੋਂ ਵੱਡਾ ਮੁੱਦਾ ਹੈ। ਆਉਣ ਵਾਲੀਆਂ ਸਾਡੀਆਂ ਨਸਲਾਂ ਬਰਬਾਦ ਹੋ ਰਹੀਆਂ ਨੇ। ਕੀ ਕਹਿੰਦੇ ਤੁਸੀਂ, ਤੁਹਾਨੂੰ ਸਾਡਾ ਵਲੌਗ ਕਿੱਦਾਂ ਦਾ ਲੱਗਿਆ? ਡਿਫਰੈਂਟ ਜਿਹਾ ਕੰਮ ਕੀਤਾ ਅੱਜ, ਅਸੀਂ ਇੱਕ ਸੋਸ਼ਲ ਕੌਜ਼ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਦੇ ਸੋਸ਼ਲ ਕੌਜ਼ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਅਤ ਦੇ ਨਾਲ, ਪੰਜਾਬ ਨਾਲ ਸੰਬੰਧਿਤ ਜਿਹੜੀਆਂ ਵੀ ਸਮੱਸਿਆਵਾਂ ਹੋਣਗੀਆਂ ਤੁਹਾਡੇ ਰੂਬਰੂ ਕਰਦੇ ਰਹਾਂਗੇ। ਸਾਨੂੰ ਕਮੈਂਟ ਕਰਕੇ ਬਸ ਦੱਸਦੇ ਰਹੋ ਕਿ ਕਿੱਥੇ ਪਹੁੰਚੀਏ, ਕਿੱਥੇ ਸਾਡੀ ਟੀਮ ਜਾਵੇ ਅਤੇ ਸਭ ਕੁਝ ਕਵਰ ਕਰੇ। ਸ਼ੁਕਰੀਆ ਜੀ, ਧੰਨਵਾਦ। ਧੰਨਵਾਦ ਜੀ, ਧੰਨਵਾਦ।